ਸ਼ਿਵ ਕੇ ਦਰਵੇਸ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਸਾਈਂ ਜੀ ਨੇ ਗੁਰਦਾਸ ਮਾਨ ਸਾਹਿਬ ਨੂੰ ਆਪਣੇ ਦਰਬਾਰ ਤੇ ਕਿਵੇਂ ਬੁਲਾਇਆ ਸੀ ਕਿਵੇਂ ਸਾਈਂ ਜੀ ਨੂੰ ਸਭ ਕੁਝ ਪਹਿਲਾਂ ਹੀ ਪਤਾ ਸੀ ਕਿ ਗੁਰਦਾਸ ਮਾਨ ਸਾਹਿਬ ਨੂੰ ਬੁਲਾਉਣਾ ਤੇ ਅੱਗੇ ਉਹਨਾਂ ਨੂੰ ਸਾਰਾ ਕੁਝ ਸੌਂਪਣਾ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆ ਜੀ ਜਿਵੇਂ ਕਿ ਆਪਾਂ ਸਭ ਨੇ ਸੁਣਿਆ ਕਿ ਗੁਰਦਾਸ ਮਾਨ ਸਾਹਿਬ ਜੀ ਆਪਣੀ ਹਰ ਇੱਕ ਨਿੱਕੀ ਤੋਂ ਨਿੱਕੀ ਤੇ ਵੱਡੀ ਤੋਂ ਵੱਡੀ ਇੰਟਰਵਿਊ ਦੇ ਵਿੱਚ ਦੱਸਦੇ ਨੇ ਕਿ ਮੈਨੂੰ ਸਾਈਂ ਜੀ ਕੋਲ ਸੁਰਿੰਦਰ ਸ਼ਿੰਦਾ ਜੀ ਲੈ ਕੇ ਗਏ ਸੀ ਸੁਰਿੰਦਰ ਸ਼ਿੰਦਾ ਜੀ ਨੇ ਮੈਨੂੰ ਸਾਈਂ ਜੀ ਦੇ ਨਾਲ ਮਿਲਾਇਆ ਉਸ ਤੋਂ ਬਾਅਦ ਸਾਡੀ ਅੱਗੇ ਗੱਲਬਾਤ ਤਰੀ ਇਹ ਸਾਰੀ ਗੱਲ ਗੁਰਦਾਸ ਮਾਨ ਸਾਹਿਬ ਆਪਣੀ ਇੰਟਰਵਿਊ ਦੇ ਵਿੱਚ ਦੱਸਦੇ ਨੇ ਪਰ ਸੁਰਿੰਦਰ ਸ਼ਿੰਦਾ ਜੀ ਨੇ ਆਪਣੇ ਇੱਕ ਲਾਈਵ ਸ਼ੋਅ ਵਿੱਚ ਵੀ ਦੱਸਿਆ ਉਹ ਕਹਿੰਦੇ ਮੈਂ ਕੌਣ ਹੁੰਨਾ ਕਿਸੇ ਨੂੰ ਸਾਈਂ ਜੀ ਕੋਲ ਲੈ ਕੇ ਜਾਣ ਵਾਲਾ ਸੁਰਿੰਦਰ ਸ਼ਿੰਦਾ ਜੀ ਕਹਿੰਦੇ ਕਿ ਇੱਕ ਵਾਰ ਮੈਂ ਤੇ ਸਾਈਂ ਜੀ ਗੱਲਾਂ ਕਰ ਰਹੇ ਸੀ ਤੇ ਗੱਲਾਂ ਦੇ ਵਿੱਚੋਂ ਗੱਲ ਤੁਰੀ ਸਾਈਂ ਜੀ ਕਹਿਣ ਲੱਗੇ ਕਿ ਯਾਰ ਉਹ ਡੱਫਲੀ ਵਜਾਉਣ ਵਾਲਾ ਮੁੰਡਾ ਕਿੱਥੇ ਹੁੰਦਾ ਤੈਨੂੰ ਤਾਂ ਮਿਲਦਾ ਹੋਣਾ ਤਾਂ ਗੁਰਦਾਸ ਮਾਨ ਸਾਹਿਬ ਜੀ ਨੂੰ ਡੱਫਲੀ ਵਜਾਉਣ ਵਾਲਾ ਕਹਿੰਦੇ ਸੀ ਕਿਉਂਕਿ ਗੁਰਦਾਸ ਮਾਨ ਸਾਹਿਬ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਡੱਫਲੀ ਵਜਾ ਕੇ ਗਾਉਂਦੇ ਹੁੰਦੇ ਸੀ ਤਾਂ ਸਾਈਂ ਜੀ ਕਹਿਣ ਲੱਗੇ ਕਿ ਤੈਨੂੰ ਤਾਂ ਮਿਲਦਾ ਹੋਣਾ ਉਹਨੂੰ ਕਹੀਂ ਤੂੰ ਬੇਸ਼ੱਕ ਸਾਰੀ ਦੁਨੀਆ ਦੇ ਵਿੱਚ ਘੁੰਮ ਰਿਹਾ ਹੈ ਪਰ ਇੱਕ ਐਸੀ ਜਗ੍ਹਾ ਵੀ ਹੈ ਜਿੱਥੇ ਤੇਰਾ ਇੰਤਜ਼ਾਰ ਹੋ ਰਿਹਾ ਹੈ ਸਰਿੰਦਰ ਸ਼ਿੰਦਾ ਜੀ ਨੇ ਇੰਨੀ ਗੱਲ ਆਪਣੇ ਇੱਕ ਲਾਈਵ ਸ਼ੋਅ ਵਿੱਚ ਸ਼ੇਅਰ ਕੀਤੀ ਤਾਂ ਸਰਿੰਦਰ ਸ਼ਿੰਦਾ ਜੀ ਕਹਿੰਦੇ ਕਿ ਸਾਈਂ ਜੀ ਨੂੰ ਸਭ ਕੁਝ ਪਹਿਲਾਂ ਪਤਾ ਸੀ ਕਿ ਕਿਹਨੂੰ ਦਰਬਾਰ ਦੇ ਨਾਲ ਜੋੜਨਾ ਹੈ ਕਿਹਨੂੰ ਨਹੀਂ ਸਾਈਂ ਜੀ ਸਭ ਕੁਝ ਜਾਣਦੇ ਸੀ ਤੁਸੀਂ ਅੱਜ ਵੀ ਦੇਖਿਆ ਹੋਣਾ ਕਿ ਦਰਬਾਰ ਤੇ ਸਾਈਂ ਜੀ ਜਿਹਨੂੰ ਵੀ ਬੁਲਾਉਣਾ ਚਾਹੁੰਦੇ ਨੇ ਉਹੀ ਜਾਂਦਾ ਕੋਈ ਐਵੇਂ ਨਹੀਂ ਆਪਣੀ ਹਾਜ਼ਰੀ ਉੱਥੇ ਜਾ ਕੇ ਲਗਵਾਉਂਦਾ ਜਿੰਨਾ ਚਿਰ ਸਾਈਂ ਜੀ ਦੀ ਮਰਜ਼ੀ ਹੁੰਦੀ ਨਹੀਂ ਉਹਨਾਂ ਚਿਰ ਕੋਈ ਵੀ ਦਰਬਾਰ ਤੇ ਨਹੀਂ ਜਾ ਸਕਦਾ ਜਦੋਂ ਸਾਈਂ ਜੀ ਦੀ ਮਰਜ਼ੀ ਹੋ ਗਈ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਕੇ ਵੀ ਆਪਾਂ ਉੱਥੇ ਜਾ ਕੇ ਹਾਜ਼ਰੀ ਲਗਵਾਉਂਦੇ ਆ ਏ ਸੀ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵਕਾ ਦਰਵੇਸ਼ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਜੀ ਤਾ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾ ਜੀ ਦੇ ਆਸ਼ਕ ਬੈਠੇ ਆ ਉਹਨਾਂ ਦੇ murid ਬੈਠੇ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ